ਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਉਮੀਦ ਹੈ ਸਾਰੇ ਬਹੁਤ ਵਧੀਆ ਹੋਣਗੇ ਅਤੇ ਅੱਜ ਦਾ ਵਲੌਗ ਅਸੀਂ ਸਟਾਰਟ ਕਰਦੇ ਹਾਂ ਅਤੇ ਫਿਲਹਾਲ ਮੈਂ ਘਰੇ ਹਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਅਤੇ ਬਾਹਰ ਦਾ ਮੌਸਮ ਦੇਖ ਦੂੰਗਾ ਬਾਹਰ ਦਾ ਮੌਸਮ ਦੇਖੋ ਪੂਰੀ ਧੁੱਪ ਵਧੀਆ ਹੋਈ ਪਈ ਆ ਅਤੇ ਮੈਂ ਹੁਣ ਰੈਡੀ ਸ਼ੈਡੀ ਹੋ ਕੇ ਅਤੇ ਬ੍ਰੈਂਡ ਬੋਏ ਕੋਲ ਜਾਊਂਗਾ ਧੁੱਪ ਚੜ੍ਹੀ ਆ ਬਾਹਰ ਥੱਲੇ ਘੁੰਮਣ ਚੱਲਦੇ ਹਾਂ ਅਤੇ ਤੁਹਾਨੂੰ ਵੀ ਵਿਖਾਉਂਦੇ ਹਾਂ ਅਤੇ ਰੈਡੀ ਸ਼ੈਡੀ ਹੋ ਕੇ ਤੁਹਾਨੂੰ ਮਿਲਦੇ ਹਾਂ ਆ ਤੋ ਗਾਈਸ ਮੈਂ ਤਿਆਰ ਹੋ ਕੇ ਥੱਲੇ ਆ ਗਿਆ ਅਤੇ ਬਾਹਰ ਤੁਸੀਂ ਹੁਣ ਦਾ ਮੌਸਮ ਦੇਖ ਲਓ ਧੁੱਪ ਪੂਰੀ ਆ ਰਹੀ ਆ ਅਤੇ ਠੀਕ ਆ ਮੌਸਮ ਅੱਜ ਮਤਲਬ ਨਾ ਗਰਮੀ ਆ ਨਾ ਠੰਡ ਆ ਨੋਰਮਲ ਆ ਮੈਂ ਜੈਕਟ ਤਾਂ ਪਾਈ ਮੈਂ ਥੋੜ੍ਹਾ ਜਿਹਾ ਬਿਮਾਰ ਸੀਗਾ ਠੀਕ ਨਹੀਂ ਸੀਗਾ ਅਤੇ ਹੁਣ ਮੈਨੂੰ ਇੱਕ ਦੁਕਾਨ 'ਤੇ ਕੰਮ ਆ ਇੱਧਰ ਅਤੇ ਉਹ ਦੁਕਾਨ 'ਤੇ ਚੱਲਦੇ ਹਾਂ ਅਤੇ ਬਾਅਦ ਵਿੱਚ ਬ੍ਰੈਂਡ ਬੋਏ ਨਾਲ ਮਿਲਾਂਗੇ ਅਤੇ ਤੁਹਾਨੂੰ ਮਿਲਦੇ ਹਾਂ ਆ ਜਾਓ ਜਿਹੜੀ ਦੁਕਾਨ ਦਾ ਕੰਮ ਸੀਗਾ ਉਹ ਦੁਕਾਨ ਬੰਦ ਆ ਅਤੇ ਟਾਈਮ ਟੇਬਲ ਇੱਥੇ ਉਹ ਦੇ ਲਿਖਿਆ ਹੁਣ ਟਾਈਮ ਹੋਇਆ 3:03 ਅਤੇ 2:30 'ਤੇ ਬੰਦ ਕਰਦਾ 4 ਵਜੇ ਖੁੱਲ੍ਹਣੀ ਆ ਅਤੇ ਸ਼ਾਮ ਨੂੰ ਆਵਾਂਗੇ ਅਤੇ ਹੁਣ ਚੱਲਦੇ ਆਪਾਂ ਗਾਈਸ ਬ੍ਰੈਂਡ ਬੋਏ ਕੋਲ ਪਹੁੰਚ ਚੁੱਕੇ ਹਾਂ ਅਸੀਂ ਬ੍ਰੈਂਡ ਬੋਏ ਆ ਦੇਖੋ ਅਤੇ ਅੱਜ ਬੜੇ ਟਾਈਮ ਬਾਅਦ ਮਿਲੇ ਆਪਾਂ ਕਿੰਨਾ ਕੁ ਟਾਈਮ ਹੋ ਗਿਆ ਵਲੌਗ ਵੀ ਕਾਫੀ ਮੇਰੇ ਹਿਸਾਬ ਨਾਲ 2-2.5 ਮਹੀਨਿਆਂ ਬਾਅਦ ਹੀ ਪਾਉਣ ਲੱਗੇ ਹਾਂ ਅਤੇ ਦੂਜੇ ਮਹੱਲੇ ਆਏ ਸੀ ਅਸੀਂ ਇੱਥੇ ਨਾ ਆਪਣੇ ਨਾ ਕੀ ਹੁੰਦਾ ਵੀ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਾਂ ਛੋਟੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਤਾਂ ਬਹੁਤ ਪਾਰਕਾਂ ਵਾ ਬੰਦਿਆਂ ਦੀ ਪਾਰਕ ਨਹੀਂ ਲੱਭਦੀ ਪਿੰਡਾਂ 'ਚ ਪਰ ਇੱਥੇ ਕੁੱਤਿਆਂ ਦੀਆਂ ਪਾਰਕਾਂ ਹੈਗੀਆਂ ਤੁਹਾਨੂੰ ਹੁਣੇ ਦਿਖਾਉਂਦੇ ਆ ਆਹ ਵੇਖੋ ਆਹ ਇੱਥੇ ਕੁੱਤੇ ਦੀ ਪਾਰਕ ਆ ਉਹ ਦੇ ਕੁੱਤਾ ਆਇਆ ਖੇਡਣ ਅਤੇ ਆਪਾਂ ਇੱਧਰ ਦੇਖ ਲਓ ਘੁੰਮਣ ਆਏ ਹਾਂ ਧੁੱਪ ਲੱਗੀ ਕਾਫੀ ਉੱਦਾਂ ਠੰਡ ਵਾ ਅਤੇ ਇੱਧਰ ਥੱਲੇ ਨਹਿਰ ਚੱਲਦੀ ਆ ਅਤੇ ਇਹ ਨਹਿਰ ਵਾ ਆਹ ਜੋ ਛੱਪੜ ਮੈਂ ਨਹਿਰ ਹੀ ਆ ਨਹੀਂ ਯਾਰ ਮੈਨੂੰ ਛੱਪੜ ਯਾਦ ਛੱਪੜ ਵਿੱਚ ਹੈਗਾ ਇੱਥੇ ਜੋ ਕੋ ਉਹ ਬੋਰਡ ਜਿਹਾ ਲੱਗਾ ਥੱਲੇ ਇਹਦੇ ਵਿੱਚ ਮਗਰਮੱਛ ਮੈਨੂੰ ਇਹ ਚੀਜ਼ ਮੈਂ ਬੜਾ ਹੈਰਾਨ ਹੋਇਆ ਮੈਂ ਨਾ ਆਪਾਂ ਨੂੰ ਕੋਈ ਹਫ਼ਤਾ ਹੋ ਗਿਆ ਇੱਥੇ ਆਏ ਅਤੇ ਵਾਹ ਵਾਹ ਬੈਠੇ ਬੈਠੇ ਰਹੇ ਧੁੱਪ ਸੇਕਦੇ ਰਹੇ ਸਾਰੇ ਹੀ ਅਤੇ ਜਾਣ ਲੱਗਿਆ ਮੈਂ ਯਾਰ ਬੰਦਿਆਂ ਦੀ ਪਾਰਕ ਤੋਂ ਜਾਪਦੀ ਨਹੀਂ ਮੈਂ ਯਾਰ ਮੈਨੂੰ ਯਾਦ ਕੁੱਤਿਆਂ ਦੀ ਪਾਰਕ ਆ ਕਹਿੰਦੇ ਤੈਨੂੰ ਹੁਣ ਪਤਾ ਲੱਗਾ ਕੁੱਤਿਆਂ ਦੀਆਂ ਪਾਰਕਾਂ ਹੁੰਦੀਆਂ ਮੈਂ ਕਿਹਾ ਅੱਜ ਤੁਹਾਨੂੰ ਦਿਖਾਈ ਵੀ ਕੁੱਤਿਆਂ ਦੀ ਪਾਰਕ ਵੀ ਹੈਗੀ ਹੈ ਉਹ ਆਈ ਕੁੱਤੇ ਨੂੰ ਘੁਮਾਉਣ ਉਹ ਕੁੱਤਾ ਗੁੱਸੇ 'ਚ ਸੀ ਉਹਨੇ 2 ਗੇੜੀਆਂ ਮਾਰੀਆਂ ਕਹਿੰਦਾ ਨਹੀਂ ਹੁਣ ਕਹਿੰਦਾ ਵੀ ਚੱਲੀਏ ਅਤੇ ਉਹ ਗੱਲ ਅਸੀਂ ਵੀ ਹੁਣ ਅੱਗੇ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ ਤਾਂ ਇੱਥੇ ਤੁਹਾਨੂੰ ਸਾਰਾ ਦਿਖਾਉਂਦੇ ਬਾਹਰ ਦਾ ਸਹੀ ਹਿਸਾਬ ਕਿਤਾਬ ਆ ਬਾਕੀ ਇੱਧਰ ਸ਼ੋਪਿੰਗ ਕਰਨ ਦਾ ਇਰਾਦਾ ਵੀ ਬੂਟ ਚੱਕਦੇ ਹਾਂ ਅਤੇ ਉੱਥੇ ਇੱਕ ਦੁਕਾਨ 'ਤੇ ਹਾਂਜੀ 1-2 ਸ਼ੋਪ 'ਤੇ ਬਹਿੰਦੇ ਹਾਂ ਉਹ ਵੀ ਤੁਹਾਨੂੰ ਦਿਖਾ ਲਾਂਗੇ ਅਤੇ ਬਾਕੀ ਚੱਲਦੇ ਵੇਖੋ ਧੁੱਪ ਪੂਰੀ ਅੱਜ ਪਤਾ ਨਹੀਂ ਕਿੱਧਰੋਂ ਧੁੱਪ ਨਿਕਲੀ ਆ ਨਿਕਲੀ ਕਿੱਧਰੋਂ ਜਿੱਧਰੋਂ ਨਿਕਲਦੀ ਨਹੀਂ ਮਤਲਬ ਉੱਦਾਂ ਮੀਂਹ ਮੂੰਹ ਜ਼ਿਆਦਾ ਪੈਂਦਾ ਰਹਿੰਦਾ ਇੱਧਰ ਮੀਂਹ ਮੂੰਹ ਜ਼ਿਆਦਾ ਪੈਂਦਾ ਅਤੇ ਅੱਜ ਕਿੱਧਰੋਂ ਨਿਕਲੀ ਆ ਨਹੀਂ ਮੈਂ ਤਾਂ ਦੱਸਣ ਡਿਆ ਉੱਧਰੋਂ ਨਿਕਲਦੀ ਜਿੱਧਰੋਂ ਉੱਧਰੋਂ ਨਿਕਲੀ ਧੁੱਪ ਪਰ ਇਹ ਵੀ ਧੁੱਪ ਲੱਗੀ ਆ ਅਚਾਨਕ ਹੀ ਨਿਕਲੀ ਆ ਇੱਕ ਹੋਰ ਗੱਲ ਆ ਜਿਹੜਾ ਟਾਈਮ ਕਿੱਦਾਂ ਲੱਗ ਗਿਆ ਵਲੌਗ ਬਣਾਉਣ ਲਈ 4-5 ਛੁੱਟੀਆਂ ਹੁਣ ਸਹੀ ਆ ਇਹਨਾਂ ਦਾ ਜਿਹੜਾ ਮੇਲਾ ਇੱਕੋ ਮੇਲਾ ਹੁੰਦਾ ਗੋਰਿਆਂ ਦਾ ਉਹ ਆਇਆ ਇਹਨਾਂ ਦਾ ਕ੍ਰਿਸਮਿਸ ਜਿਹਨੂੰ ਕਹਿੰਦੇ ਹਾਂ ਇੱਧਰ ਮੈਪ ਵੀ ਆ ਅਤੇ ਮੈਪ ਅੱਗੇ ਪਲੇ ਦਿਖਾ ਲਏ ਮੈਨੂੰ ਨਹੀਂ ਸਮਝ ਆਉਣ ਡੇ ਨਹੀਂ ਆਉਣੇ ਆਹ ਤਾਂ ਆਪਾਂ ਇੱਥੇ ਗਏ ਸੀਗੇ ਸਹੀ ਇੱਥੇ ਇਹ ਉਸਲੀ ਪਹਾੜੀ ਇੱਥੇ ਵੀ ਜਾਵਾਂਗੇ ਇੱਕ ਦਿਨ ਇੱਥੇ ਅਤੇ ਇੱਥੇ ਅਸੀਂ ਪਾਰਕ ਨੂੰ ਜਿੱਥੇ ਤੁਹਾਨੂੰ ਕਿਹਾ ਸੀਗਾ ਕਿ ਇਹਦਾ ਵਲੌਗ ਬਣਾਵਾਂਗੇ ਨੈਕਸਟ ਵਲੌਗ ਮਤਲਬ ਬਹੁਤ ਟਾਈਮ ਨਹੀਂ ਸੀਗਾ ਉਦਣ ਅਸੀਂ ਕੰਮ 'ਤੇ ਜਾਣਾ ਸੀਗਾ ਅਤੇ ਉਦੋਂ ਅਸੀਂ ਵਲੌਗ ਪੂਰਾ ਨਹੀਂ ਬਣਾਇਆ ਸੀਗਾ ਥੋੜ੍ਹਾ ਤੁਹਾਨੂੰ ਪਾਰਕ ਦਿਖਾਈ ਸੀਗੀ ਅਤੇ ਉਹ ਆਹ ਵਾਲੀ ਪਾਰਕ ਸੀਗੀ ਅਤੇ ਇਹ ਦਿਖਾਵਾਂਗੇ ਜੇ ਕਿੱਦਣ ਹੋਰ ਕਿਤੇ ਟਾਈਮ ਲੱਗਿਆ ਗਾਈਸ ਇੱਧਰ ਉੱਤੇ ਦੇਖੋ ਵਿਊ ਅਤੇ ਉਦੋਂ ਧੁੱਪ ਦਾ ਕਰਕੇ ਕਾਲੀ ਆ ਰਹੀ ਆ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਪਿੰਡ ਪਹਾੜਾਂ ਦੇ ਵਿੱਚ ਬਿਲਕੁਲ ਉਹਦੀ ਛਾਂ ਦੇ ਹੇਠ ਪਹਾੜੀ ਇਲਾਕਾ ਹੀ ਆ ਪਹਾੜੀ ਇਲਾਕਾ ਹੀ ਪਹਾੜੀ ਇਲਾਕਾ ਵਾ ਪਰ ਅਸੀਂ ਥੋੜ੍ਹੇ ਜਿਹੇ ਪੱਧਰੇ ਥਾਂ 'ਤੇ ਮਤਲਬ ਐਡਾ ਵੀ ਨਹੀਂ ਪੱਧਰਾ ਹੈ ਉਹ ਘਰ ਨੀਵਾਂ ਦੇ ਆ ਉੱਚਾ ਵਾ ਅਤੇ ਉੱਧਰ ਪਿੱਛੇ ਦੇਖੋ ਪੱਧਰੇ ਥਾਂ 'ਤੇ ਗ੍ਰਾਫਟੀ ਕੀਤੀ ਹੋਈ ਉੱਧਰ ਪਿੱਛੇ ਅੱਗੇ ਜਾ ਕੇ ਵੇਖਦੇ ਹਾਂ ਅਤੇ ਇੱਧਰ ਵੀ ਘਰ ਤੁਸੀਂ ਇੱਧਰ ਦੇਖੋ ਇੱਧਰ ਜ਼ਿਆਦਾਤਰ ਘਰ ਬਿਲਡਿੰਗਾਂ ਉਹ ਪੁਰਾਣੀਆਂ ਉਹ ਜੇ ਉੱਪਰ ਜੋ ਜਿਹੜੀ ਪਹਾੜੀ ਜਿਹੜੀ ਚਰਚ ਜਿੱਥੇ ਅਸੀਂ ਗਏ ਸੀਗੇ ਜਿੱਥੇ ਗਏ ਸੀ ਅਤੇ ਉਹ ਦੇ ਉੱਤੇ ਉਹ ਵਾਲੀ ਜੇ ਉੱਪਰ ਇਰਾਦਾ ਹੀ ਉੱਥੇ ਹੁਣ ਜਾਂਦੀ ਤੁਰ ਕੇ ਜਾਈਦਾ ਪੌੜੀਆਂ ਥਾਣੀ ਚੜ੍ਹਨ ਦਾ
मतलब उत्थे बहुत सारे राह आ गाइस। ए सीगी ग्राफिटी जड़ी तुहानू अगे बहुत ही कैंट किदा बनाई होगी 2019 दी पेंटिंग आ ओ लिखया ना ने ते किदा बनाई होगी हाथ ना हाथ ना बनाई होगी नहीं सोचो सोचना की है यार हाथ ना बनाई होगी किदा बनाई चलो हाथ ना ओ ले ओ चंद्रमा पहले ही ओ चंद्रमा इथे चढ़या रहंगा क्योंकि निराह होणी वाला दिखदा ओ चार्ज होण दिया तद बाहर जूम करके ओ देखो हाले टाइम कितना होया टाइम 4 बजे आ ते उधर चंद्रमा देख लो। तो गाइस असी हुण पार्क आए आ पार्क सीगी जिहड़ी तुहानू अगे दिखाउणी सीगी ते इधर भी नहर आ नहर ही आ नहीं आ पिछे ना बोले ना छप्पड़ आ नहर आ। तो गाइस हुण इधर अगे चलदे आ आपां छप्पड़ टाइप नहर नहीं तुहानू दिखा दिंदे आ जाओ दिखा दिंदे देखो नहर ही आ ਮੈਨੂੰ ਨਦੀ ਟਾਈਪ ਜਾ ਦੇ ਛੱਪੜ ਹੀ ਆ ਗਏ ਕਾਬ ਗਿਆ ਵਿੱਚ ਥੋੜਾ ਆਉਂਦਾ ਪਾਣੀ ਇੱਧਰ ਇੱਧਰਲੀ ਸਾਈਡ ਵੇਖੋ ਆ ਗੱਡੀ ਥੱਲੇ ਆ ਜਾ ਨਹੀਂ ਆਉਂਦੀ ਗੱਡੀ ਇੱਧਰ ਵੇਖ ਹੁਣ ਕੀ ਆ ਬਤਕਾਂ ਕਿੱਥੇ ਆ ਉਹ ਦੇ ਟਿਕੀਆਂ ਨੇ ਮੈਂ ਉਧਰ ਧਿਆਨ ਨਹੀਂ ਦੇ ਬਹੁਤ ਸੋਹਣਾ ਉਧਰ ਉੱਥੇ ਇੱਕ ਦਿਨ ਬੈਠੇ ਉੱਥੇ ਅਸੀਂ ਗਏ ਸੀ ਗਿਆ ਉਹ ਤੇ ਬਾਕੀ ਦੇ ਲੋ ਨਹਿਰ ਹੀ ਆ ਨਹਿਰ ਹੀ ਮੰਨ ਗਏ ਮੰਨ ਗਏ ਚਲੋ ਚੱਲੀਏ ਫਿਰ ਤੁਰਦੇ ਤੁਰਦੇ ਅਸੀਂ ਆ ਗਏ ਹਾਂ ਇੱਕ ਹੋਰ ਨਹਿਰ ਕੋ ਉਹ ਤੁਰਦੇ ਕਿ ਨਹਿਰ ਦੇ ਕੋਲ ਆ ਗਏ ਤੇ ਜੀ ਅਸੀਂ ਗਿਣਤੀ ਸਿੱਖਣ ਦੇ ਆ ਲਾਥਾਂ ਲੱਗਣ ਦੀਆਂ ਤੇ ਇੱਧਰ ਅਸੀਂ ਗਏ ਸੀਗੇ ਹਰਮਨ ਨਾਲ ਤੁਹਾਨੂੰ ਚੇਤਾ ਨਾ ਹੋਣਾ ਵੇਖਿਆ ਹੋਣਾ ਬਲੌਗ 'ਚ ਇੱਥੇ ਹਰਮਨ ਨਾਲ ਅਸੀਂ ਆਏ ਸੀਗੇ ਜੰਗਲ ਜਿਹਾ ਹੀ ਨਹੀਂ ਮੇਰਾ ਨਹੀਂ ਇਹ ਨਹੀਂ ਮੈਂ ਐਵੇਂ ਹਾਮੀ ਭਰਾਈ ਜਾਂਦਾ ਉਹ ਤਾਂ ਫਰਕ ਬੜੀ ਵਧੀਆ ਬਹਿਣ ਵਾਲੀ ਆ ਵੇਖੋ ਫਰਕ ਤੇ ਆ ਵੇਖ ਮੈਂ ਦਿਖਾਉਣਾ ਆ ਬਹੁਤ ਵਧੀਆ ਪਰ ਵੇਖਣ ਨੂੰ ਬਹੁਤ ਸੋਹਣੀ ਲੱਗਣ ਦੀ ਆ ਤੁਹਾਨੂੰ ਲੱਗਣ ਦੀ ਭਲਾ ਕਮੈਂਟਾਂ 'ਚ ਦੱਸਿਓ ਵੀ ਲੱਗਦੀ ਕਿ ਨਹੀਂ ਬਾਕੀ ਆ ਵੇਖੋ ਇੱਥੋਂ ਮੇਨ ਇੱਥੋਂ ਪਤਾ ਲੱਗਦਾ ਨਹਿਰ ਵਾ ਖੁਰਾਕ ਆਉਣ ਡਿਆ ਪਾਣੀ ਆਵਾਜ਼ ਆਉਣ ਡਿਆ ਉਹ ਜ਼ੂਮ ਕਰਕੇ ਦਿਖਾ ਉਹ ਹਾਂ ਉਹ ਰੁੱਖ ਤਦ ਸੁੱਕੇ ਕਿਉਂਕਿ ਠੰਡ ਆ ਗਈ ਹੈ ਨਹੀਂ ਤੇ ਇੱਥੇ ਹਰਿਆਲੀ ਬਹੁਤ ਹੁੰਦੀ ਬਹੁਤ ਗ੍ਰੀਨਰੀ ਹੁੰਦੀ ਤਦੇ ਰੁੱਖ ਸੁੱਕ ਗਏ ਆ ਪੱਤੇ ਪੱਤੇ ਝੜ ਗਏ ਪੱਤੇ ਹੈ ਹੀ ਨਹੀਂ ਆ ਤਾਂ ਉਹਨੂੰ ਮਾਰੋ ਝੜ ਗਏ ਨਾ ਕੈਮਰਾ ਆਓ ਵੇਖੋ ਠੀਕ ਤੇ ਹੁਣ ਅਸੀਂ ਚੱਲਦੇ ਅੱਗੇ ਤੇ ਮਾਰਕੀਟ ਜਾਣਾ ਸੀਗਾ ਨਾ ਆਪਾਂ ਮਾਰਕੀਟ ਲੱਕੜਾਂ ਜੀ ਇਦਾਂ ਦੀ ਆਵਾਜ਼ ਆਉਂਦੀ ਤੁਰਿਆ ਨੇ ਜਿੱਦਾਂ ਨਾ ਡੌਂਕੀ ਲਾਉਂਦੀ ਨਹੀਂ ਜੰਗਲ ਦੇ ਵਿੱਚ ਚੁਣਗੀ ਦਾ ਸੇਮ ਜੀ ਜਦੋਂ ਲਾ ਕੇ ਆਏ ਉਹੀ ਫੀਲਿੰਗ ਆਉਣ ਡੀ ਵੀ ਇੱਦਾਂ ਉੱਥੇ ਨੇ ਸਹੀ ਹੈ ਤੇ ਹੁਣ ਅਸੀਂ ਜਾ ਰਹੇ ਇੱਕ ਮਾਰਕੀਟ ਬੂਟ ਬਾਟ ਦੇਖਣ ਲਈ ਹਾਂਜੀ ਬੂਟ ਬੂਟ ਦੇਖਣ ਲਈ ਬਾਟ ਨਹੀਂ ਬੂਟ ਦੇਖਣ ਜਾਣ ਨੂੰ ਬੂਟ ਬਾਟ ਮਤਲਬ ਪੰਜਾਬੀ 'ਚ ਦੋ ਬੂਟ ਦੇਖਣ ਲਈ ਆ ਜਿੱਦਾਂ ਆਪਾਂ ਕਹਿ ਦਿਆ ਦੁੱਧ ਦੱਧ ਹੈ ਪਾਣੀ ਪੂਣੀ ਸੇਮ ਉੱਦਾਂ ਬੂਟ ਬਾਟ ਦੇਖਣ ਹਾਂ ਬੂਟ ਦੇਖਣ ਬੂਟ ਬਾਟ ਦੇਖਣ ਹੁਣ ਇੱਕ ਜੀ ਫਿਰ ਦੋਵਾਂ ਦੇ ਆ ਜਾਂਦਾ ਚਲੋ ਜਿੱਦਾਂ ਵੀ ਤੁਸੀਂ ਸਮਝ ਗਏ ਹੋਣੇ ਆ ਇੱਧਰ ਦੇਖੋ ਚੰਦਰਮਾ ਫੇਰ ਆ ਗਿਆ ਸਾਡੇ ਕੋਲ ਚੰਦਰਮਾ ਆਪਣਾ ਹੀ ਆ ਗਿਆ ਤੇ ਇੱਧਰ ਦੇਖੋ ਘਰ ਬਹੁਤ ਸੋਹਣੀ ਆ ਆਹ ਘਰ ਹੀ ਸਾਹਮਣੇ ਸਾਰੇ ਹੈ ਖਾਲੀ ਆ ਆਹੋ ਕਿਉਂਕਿ ਨਹੀਂ ਰਹਿੰਦੇ ਆ ਬਣਾਏ ਨਾ ਬਹੁਤ ਟਿਕਾਣੇ ਆ ਤੇ ਪਰ ਇਹ ਚੀਜ਼ਾਂ ਵੀ ਲੱਗ ਨਾ ਸ਼ੋਰ ਬਹੁਤ ਆ ਇਹ ਲੋਕ ਸ਼ੋਰ ਨੂੰ ਪਸੰਦ ਨਹੀਂ ਕਰਦੇ ਉਹ ਤੇ ਉਹਨਾਂ ਨੇ ਉੱਥੇ ਲਾਇਆ ਵੀ ਲਿਖ ਕੇ ਕਿ ਮਤਲਬ ਜਿਹਨੇ ਖਰੀਦਣਾ ਖਰੀਦ ਲਓ ਘਰ ਨੂੰ ਤੇ ਪਰ ਉੱਥੇ ਉਹਨਾਂ ਨੇ ਸ਼ੋਰ ਦਾ ਵੀ ਲਾਇਆ ਕਿ ਮਤਲਬ ਟਰੱਕ ਟਰੁੱਕ ਬਹੁਤ ਚੱਲਦੇ ਇੱਥੇ ਤੇ ਜਿਹੜੇ ਟਰੱਕ ਇੱਥੋਂ ਲੰਘਦੇ ਆ ਉਹਨਾਂ ਨੂੰ ਬੰਦ ਕਰੋ ਨਹੀਂ ਫਿਰ ਹੋਰ ਕੋਈ ਰਾਹ ਬਣਾਉਣਗੇ ਰਾਹ ਹੁਣ ਪਤਾ ਨਹੀਂ ਕਿਹੜਾ ਬਣਾਉਣਾ ਇਹਨਾਂ ਨੇ ਬਣਾਉਣਗੇ ਕਰਦੇ ਗੱਲ ਕੋਈ ਨਹੀਂ ਕਰਾਉਂਦੇ ਰਾਈ ਨਵਾਂ ਇਹਨਾਂ ਦਾ ਪੈ ਲਾ ਕੇ ਬਾਕੀ ਚਲੋ ਆ ਜਾਣਾ ਤੁਹਾਨੂੰ ਦਿਖਾਉਂਦੇ ਆ ਅਸੀਂ ਸ਼ਾਪਿੰਗ ਕਰਨ ਜਾਣਾ ਕੋਈ ਤਾਂ ਨਹੀਂ ਲੰਘਣਾ ਆ ਗਈ ਕੌਨਸਮ ਵੀ ਉਹ ਦੇ ਕੌਨਸਮ ਆ ਪੁਲ ਆ ਗਿਆ ਹੈ ਬਾਕੀ ਮਾਰਕੀਟ ਉਦੋਂ ਆ ਡਿਸਾਈਡ ਨਹੀਂ ਹੁੰਦੇ ਇੱਥੇ ਪੁਲ ਬੜਾ ਵੱਡਾ ਆਇਆ ਆ ਦੇਖੋ ਪੁਲ ਆ ਥੱਲੇ ਨਹਿਰ ਆ ਆ ਉਹ ਗੁਫਾ ਉਹਨੇ ਘਰ ਆ ਉਹ ਗੁਫਾ ਇਹ ਕਿਹੜਾ ਘਰ ਵਾ ਉਹ ਇਹ ਥੱਲੇ ਜਾ ਸਕਦੇ ਆਪਾਂ ਬਹਿਣ ਬੂਣ ਨੂੰ ਸੱਪ ਸੁੱਪ ਨਾ ਲੜ ਜਾਈਏ ਉੱਥੇ ਕੋਈ ਤੇ ਇੱਧਰ ਦੇਖੋ ਆ ਪੁਲ ਇੱਕ ਆਹ ਦੇਖੋ ਨਹਿਰ ਵੇਖੋ ਆਹ ਵੇਖੋ ਹੁਣ ਨਹਿਰ ਆ ਤੇ ਉਹ ਘਰ ਜਿਹਾ ਖਤਰਨਾਕ ਜਿਹਾ ਹੀ ਆ ਪੂਰਿਆ ਜਿਹਾ ਇੱਥੇ ਜੇ ਸਾਫ਼ ਨਹਿਰ ਓਕੇ ਪਾਣੀ ਬੜਾ ਸਾਫ਼ ਉਹ ਦੇ ਬਤਕ ਮਤਕ ਸੀ ਤੇ ਉਧਰਲੇ ਸਾਈਡ ਵੀ ਆ ਉਧਰ ਅਸੀਂ ਰੋਡ ਨਹੀਂ ਕ੍ਰੋਸ ਕਰਨਾ ਇੱਧਰ ਗੱਡੀਆਂ ਗੁੱਡੀਆਂ ਜ਼ਿਆਦਾ ਚੱਲਦੀਆਂ ਤੇ ਉੱਥੇ ਨਹੀਂ ਆਹ ਕੌਨਸਮਾ ਮਾਰਕੀਟ ਜਿੱਥੇ ਅਸੀਂ ਅੰਦਰ ਨੋਰਮਲੀ ਸਮਾਨ ਲਿਆਉਂਦੇ ਰਹਿੰਦੇ ਆ ਇਹਦੇ ਨਾਂ ਤੇ ਨਾ ਆਹ ਕੌਨਸਮ ਕੌਨਸਮ ਦਾ ਨਾਂ ਉਹਦਾ ਕੌਨਸਮ ਕਿੱਦਾਂ ਪਿਆ ਜੱਗੂ ਦੇ ਨਾਲ ਕਿਉਂਕਿ ਜੱਗੂ ਦਾ ਨਾਂ ਜੱਗੂ ਜਿਹੜਾ ਨਾ ਅਸਲ ਦੇ ਵਿੱਚ ਮੇਨ ਇਹਦਾ ਨਾਂ ਹੈ ਵਾ ਜੱਗੂ ਕੌਨਸਮ ਉਹਦੇ ਕਰਕੇ ਉਹਨਾਂ ਮਾਰਕੀਟ ਦਾ ਨਾਂ ਕੌਨਸਮ ਰੱਖਤਾ ਵੀ ਫੇਮਸ ਨਾਂ ਸਹੀ ਆ ਅਸੀਂ ਚੱਲਦੇ ਹਾਂ ਇੱਕ ਮਾਰਕੀਟ ਉੱਧਰ ਆ
ਬੂਟਾਂ ਵਾਲੀ ਮਾਰਕੀਟ ਆ ਬੂਟਾਂ ਬਾਟਾਂ ਵਾਲੀ ਬੂਟਾਂ ਬਾਟਾਂ ਵਾਲੀ ਇੱਧਰ ਦਿਖਾ ਵੇ ਕਿੰਨਾ ਵਧੀਆ ਯਾਰ ਆ ਵੇਖੋ ਇੱਧਰ ਸੀ ਹੈ ਕਿ ਨਹੀਂ ਡੌਂਕੀ ਦੀ ਫੀਲਿੰਗ ਤੇ ਹੁਣ ਅਸੀਂ ਚੱਲੇ ਆ ਬੂਟਾਂ ਬਾਟਾਂ ਵਾਲੀ ਮਾਰਕੀਟ वेखो इतना आप बर्फ जमाई है ठीक है क्रिसमस करके इतने एक सारा पंगूड़ी वाला सिस्टम है पंगूड़ा ही लाया आगे इन्होंने भरावा